ਤੁਹਾਡਾ ਵੀਜ਼ਾ ਤਾਂ ਆਇਆ ਸਮਝੋ। ਓਕੇ ਜੀ ਓਕੇ, ਸਤਿ ਸ਼੍ਰੀ ਅਕਾਲ ਜੀ। ਹੁਣ ਤਾਂ ਬਹੁਤ ਦਿਨ ਹੋਏ ਜੀ, ਤੁਸੀਂ ਕਹਿੰਦੇ ਸੀ ਵੀਜ਼ਾ ਆ ਜੂਗਾ, ਮੇਰਾ ਤਾਂ ਜੀ ਚੰਡੀਗੜ੍ਹ ਹੋਣ ਦਾ ਕਿਰਾਇਆ ਵੀ ਬਹੁਤ ਲੱਗ ਜਾਂਦਾ। ਜੀ ਮੈਂ ਕੱਲ੍ਹ ਪਰਸੋਂ ਅਖਬਾਰ 'ਤੇ ਪੜ੍ਹਿਆ ਸੀ ਵੀ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਲੱਗੀ ਆ। ਕਿਹਾ ਚਲੋ ਵੀ ਬੈਂਕ 'ਚ ਜਾ ਕੇ ਪੁੱਛ ਹੀ ਆਉਂਦੇ ਹਾਂ ਵੀ ਕਹੋ ਸਾਡਾ ਵੀ ਕੁਛ ਹੋ ਜਾਵੇ। ਉਹ ਹਾਂ ਹਾਂ, ਪੂਣਾ ਕਰਜ਼ਾ ਮਾਫ਼ 2 ਲੱਖ ਤੱਕ ਦਾ, ਅਤੇ ਆਹ ਚੱਕੋ ਫਾਰਮ ਭਰ ਲਓ ਬਾਹਰ। ਜੀ 2 ਲੱਖ ਹੀ? ਚਲੋ ਕੋਈ ਨਾ, ਜਿੰਨਾ ਵੀ ਹੋਇਆ ਮੈਨੂੰ ਦੱਸ ਦਿਓ, ਮੈਂ ਬਹੁਤ ਦੁਖੀ। ਹਾਂਜੀ ਹਾਂਜੀ ਜੀ, ਰਤਵਾਲ ਤੋਂ ਹੀ ਬੋਲਦੇ ਹਾਂ। ਠੀਕ ਹੈ ਜੀ, ਠੀਕ ਆ, ਕੱਲ੍ਹ ਨੂੰ ਪੱਕਾ ਆ ਜਾਵਾਂਗੇ। ਠੀਕ ਹੈ ਜੀ, ਧੰਨਵਾਦ। ਕੱਲ੍ਹ ਫੋਨ ਹੀ ਨਹੀਂ ਕੀਤਾ ਯਾਰ, ਇੰਨੇ ਕਿੱਥੇ ਕੁ ਬੀਜੀ ਸੀ? ਮੇਰੀ ਤਾਂ ਨਿਗਾਹ ਹਰੀ ਰਾੜੀ ਫੋਨ ਉੱਤੇ ਰਹਿੰਦੀ ਆ, ਵੀ ਕਿਤੇ ਤੇਰਾ ਫੋਨ ਲਾ ਜੀ ਅਤੇ ਮੈਨੂੰ ਚੱਕ ਆਉਂਦੇ ਹਾਂ ਜੀ। ਯਾਰ ਮੇਰਾ ਤਾਂ ਹਾਲ ਉਹ ਜੱਟ ਵਰਗਾ ਹੋਇਆ ਪਿਆ ਜਿਹਦੀ ਫਸਲ ਨੂੰ ਅੱਗ ਲੱਗ ਗਈ ਅਤੇ ਉਹ ਖੜਾ ਦੇਖੀ ਜਾਂਦਾ। ਹਾਂਜੀ ਸਰ, ਕੀ ਕਹਿੰਦੇ ਜੀ? ਸਰ ਅਸੀਂ ਤਾਂ ਪੈਸੇ ਵੀ ਕਿਸੇ ਤੋਂ ਫੜ ਕੇ ਦਿੱਤੇ ਆ ਜੀ, ਸਰ ਅਸੀਂ ਕੀ ਕਰਾਂਗੇ ਜੀ ਫਿਰ ਹੁਣ? ਸਰ ਸਾਡੇ ਪੈਸੇ ਵਾਪਸ ਕਰ ਦਿਓ ਜੀ, ਅਸੀਂ ਨਹੀਂ ਇਹ ਚੱਕਰਾਂ 'ਚ ਪੈਣਾ ਹੁਣ। ਸਰ ਇੱਕ ਤਾਂ ਵੀਜ਼ਾ ਰਿਫਿਊਜ਼ ਹੋ ਗਿਆ ਜੀ, ਉੱਤੋਂ ਤੁਸੀਂ ਪੈਸਿਆਂ ਨੂੰ ਜਵਾਬ ਦੇਈ ਜਾਂਦੇ ਹੋ। ਹੈਲੋ ਹੈਲੋ ਹੈਲੋ, ਕਿਹਾ ਸੀਗਾ ਵੀ ਬੈਂਕ ਜਾ ਕੇ ਲਿਸਟ ਚੈੱਕ ਕਰ ਜਾ ਵੀ ਤੁਹਾਡਾ ਕਰਜ਼ਾ ਮਾਫ਼ ਹੋਣਾ ਕਿ ਨਹੀਂ।
ਹਲੇ ਉਹ ਵੀ ਫਾਇਲ ਕਰ ਦਿਆਂ ਮੈਂ ਆਪਣੀ। ਸਰ ਇਹਨਾਂ ਦਾ ਤਾਂ ਪੁਰਾਣਾ ਵਿਆਹ ਜੀ ਮੁੰਡਿਆਂ ਨੂੰ ਪਿਛਲੇ ਡੇਢ ਸਾਲ ਤੋਂ, ਇਹ ਤਾਂ ਡਿਫਾਲਟਰ ਬੰਦੇ ਆ ਜੀ। ਤੁਹਾਡਾ ਕਰਜ਼ਾ ਕਿਵੇਂ ਮਾਫ ਹੋ ਜੂਗਾ ਜੀ? ਮਿਹਨਤ ਵਾਲੀ ਗੱਲ ਨੀ ਬਈ, ਪਿਛਲੀ ਵਾਰੀ ਵੀ ਕਣਕ ਨੂੰ ਅੱਗ ਲੱਗ ਗਈ ਸੀ, ਐਤਕ ਵੀ ਝਾੜ ਬਹੁਤ ਘੱਟ ਨਿਕਲਿਆ, ਮੈਂ ਤਾਂ ਜਮਾਂ ਹੀ ਬਰਬਾਦ ਹੋ ਜੂੰਗਾ ਜੀ। ਦੇਖੋ ਜੀ, ਇਹਦਾ ਸਰਕਾਰੀ ਕੰਮ, ਇਹ 'ਚ ਅਸੀਂ ਕੁਛ ਨਹੀਂ ਕਰ ਸਕਦੇ, ਜਿਵੇਂ ਸਰਕਾਰਾਂ ਦਾ ਹੁਕਮ ਹੋਵੇ। ਹੈਲੋ ਹੈਲੋ ਲਾਲੀ, ਮੈਂ ਇੱਕ ਗੱਲ ਦੱਸਣੀ ਸੀ ਯਾਰ, ਬਹੁਤ ਦਿਨਾਂ ਤੋਂ ਤੰਗ ਜੀ ਹੋਈ ਪਈ ਹਾਂ। ਵੈਸੇ ਕੱਲ੍ਹ ਮੈਂ ਅਤੇ ਅਮਨ ਮੂਵੀ ਦੇਖਣ ਗਏ ਸੀ, ਥੋੜ੍ਹਾ ਜਿਹਾ ਮੂਡ ਅਪਸੈਟ ਸੀ ਬਟ ਬਾਅਦ 'ਚੋਂ ਠੀਕ ਹੋ ਗਿਆ। ਅਮਨ ਉਹੀ ਮੇਰਾ ਕਾਲਜ ਦਾ ਫਰੈਂਡ, ਹੋਰ ਇੱਥੇ ਮੇਰਾ ਹੈ ਵੀ ਕੌਣ ਯਾਰ, ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ। ਜੇ ਨਾ ਦੱਸਦੀ ਫਿਰ ਕਿਹੜਾ ਤੈਨੂੰ ਪਤਾ ਲੱਗਣਾ ਸੀ, ਐਵੇਂ ਸ਼ੱਕ ਜਿਹਾ ਨਾ ਕਰ। ਗੱਲ ਸ਼ੱਕ ਦੀ ਨਹੀਂ, ਮੈਨੂੰ ਤੇਰੀ ਫਿਕਰ ਆ। ਐਵੇਂ ਹਰ ਟਾਈਮ ਰੋਕੀ ਟੋਕੀ ਨਹੀਂ ਜਾਈਦਾ, ਇੱਥੇ ਦੀ ਲਾਈਫ ਤੇ ਇੰਡੀਆ ਦੀ, ਇੱਥੇ ਦਾ ਸਾਰਾ ਕੁਝ ਆਉਂਦੀ ਸੀ। ਬਸ ਲਾਲੀ ਬਹੁਤ ਹੋ ਗਿਆ, ਮੈਂ ਤੈਨੂੰ ਰੋਜ਼ ਰੋਜ਼ ਨਹੀਂ ਸਮਝਾ ਸਕਦੀ, ਮੈਨੂੰ ਫੋਨ ਨਾ ਕਰੀ, ਮੈਂ ਤੈਨੂੰ ਹਰ ਜਗ੍ਹਾ ਤੋਂ ਬਲੌਕ ਕਰਨ ਲੱਗੀ ਹਾਂ। ਹੈਲੋ ਯਾਰ, ਗੱਲ ਤਾਂ ਸੁਣ ਲਾ, ਮੇਰਾ ਕੀ ਬਣੂ ਫਿਰ? ਜੋ ਵੀ ਆ, ਆਈ ਡੋਂਟ ਕੇਅਰ, ਗੈਟ ਲੋਸਟ। ਕੀ ਗੱਲ, ਕੀ ਗੱਲ, ਡਰ ਗਿਆ, ਡਰ ਗਿਆ, ਹਾਰ ਗਿਆ ਜ਼ਿੰਦਗੀ ਤੋਂ ਇੰਨੀ ਛੇਤੀ, ਇੰਨੀ ਛੇਤੀ, ਇੰਨੀ ਛੇਤੀ। ਹੋਇਆ ਨਿੱਕੀਆਂ ਨਿੱਕੀਆਂ ਗੱਲਾਂ ਤੇਰੇ ਮਰਨ ਦੀ ਵਜ੍ਹਾ ਬਣ ਗਈਆਂ, ਬੁੱਝਦਿਲੀ ਦੀ ਨਿਸ਼ਾਨੀ ਇਹ ਤੋਂ ਵੱਡੀ ਕੀ ਹੁੰਦੀ ਕਿ ਜਦੋਂ ਮਾੜਾ ਟਾਈਮ ਆਇਆ ਤੂੰ ਜ਼ਿੰਦਗੀ ਨੂੰ ਅਲਵਿਦਾ ਕਹਿਣ ਲੱਗਿਆ। ਤੰਗੀ ਤੇ ਗਰੀਬੀ ਵਰਗੀਆਂ ਲੱਖ ਮੁਸੀਬਤਾਂ ਹੋਣਗੀਆਂ ਤੇਰੀ ਜ਼ਿੰਦਗੀ, ਪਰ ਇਨਸਾਨ ਉਹ ਨਹੀਂ ਜੋ ਮੁਸੀਬਤਾਂ ਨੂੰ ਵੇਖ ਕੇ ਭੱਜ ਜਾਵੇ, ਇਨਸਾਨ ਉਹ ਜੋ ਹਰ ਚੀਜ਼ ਦਾ ਡਟ ਕੇ ਮੁਕਾਬਲਾ ਕਰੇ। ਐਵੇਂ ਹਾਰਾਂ ਨੂੰ ਦੇਖ ਕੇ ਢੇਰੀ ਨਾ ਢਾ, ਸੋਚ ਬਦਲ, ਜ਼ਿੰਦਗੀ ਵੀ ਬਦਲ ਜੂ। ਖੁਦਕੁਸ਼ੀ ਹੈ ਨਿਸ਼ਾਨੀ ਕਿ ਤੂੰ ਬੰਦਾ ਕਮਜ਼ੋਰ, ਆਏ ਔਖੇ ਟਾਈਮਾਂ ਵਿੱਚ ਗਲ ਮੌਤ ਦੇ ਜੇ ਲੱਗਣਾ। ਵਿੱਕੀ ਰੱਤੋਵਾਲ ਕਹਿੰਦਾ ਹੌਸਲਾ ਨਾ ਢਾਲਾ ਨਾ।
ਇਹ ਜ਼ਿੰਦਗੀ ਨੂੰ ਜਿਉਣਾ ਸਿੱਖ, ਨਾ ਹੀ ਇਹਨੂੰ ਕੱਟਣਾ। ਇਹ ਜ਼ਿੰਦਗੀ ਨੂੰ ਜਿਉਣਾ ਸਿੱਖ।